ਆਪਣੇ ਕੋਲ ਹੈਗੇ ਜੀ ਐਸੀਨਾ ਫੈਡੀਡਾ ਬਰੀਡ ਹੈਗੀ, ਠੀਕ ਹੈ। ਹਲਕਾ ਜਿਹਾ ਰੈੱਡ ਕਲਰ ਹੁੰਦਾ ਵਰਮ ਦਾ ਇਹਦਾ, ਠੀਕ ਹੈ। ਇਹ ਆਸਟ੍ਰੇਲੀਆ ਦੀ ਬਰੀਡ ਹੁੰਦੀ ਹੈ, ਠੀਕ ਹੈ। ਆਪਾਂ 3 ਫੁੱਟ ਚੌੜਾਈ ਅਤੇ 30 ਫੁੱਟ ਲੰਬਾਈ। ਹਾਂ ਬਾਈ, ਇੱਧਰ ਪਾਣੀ ਦੇ ਕਨੈਕਸ਼ਨ ਦਿੱਤੇ ਹੋਏ ਆ। ਹਾਂ, ਇਹ ਮੰਨ ਲਓ ਆਟੋਮੈਟਿਕ ਪਾਣੀ ਚੱਲਦਾ ਹੈ। ਇਹਦਾ ਸਬਜ਼ੀ ਲਵਾਂਗੇ ਅਤੇ ਦੂਜਾ ਆਪਣਾ ਥੱਲੇ ਛਾਂ ਰਹੂ। ਵੀਰ ਭਾਈ ਨੂੰ ਕਿਸੇ ਨੂੰ ਗੰਡੋਏ ਦੀ ਜ਼ਰੂਰਤ ਹੋਵੇ ਤਾਂ ਆਪਾਂ ਗੰਡੋਏ ਵੀ, ਆਪਾਂ ਰੇਟ ਹੈਗਾ 100 ਰੁਪਏ ਕਿਲੋ। ਹਾਂ, 3 ਫੁੱਟ ਚੌੜਾ 30 ਫੁੱਟ ਲੰਬਾ, ਉਹਦੇ ਵਿੱਚ ਆਪਾਂ 40 ਕਿਲੋ ਗੰਡੋਏ ਪਾ ਦਿੰਦੇ ਹਾਂ ਉਹ ਬੈੱਡ ਦੇ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਕਰਦੇ ਹਾਂ ਤੁਹਾਡਾ ਸਾਰਿਆਂ ਦਾ। ਸੋ ਦੋਸਤੋ, ਅੱਜ ਨਾ ਆਪਾਂ ਤੁਹਾਨੂੰ ਬਾਈ ਨਾਮ ਲਾਉਣੇ ਆ, ਬਾਈ ਜਗਦੀਪ। ਅਤੇ ਬਾਈ, ਜਿਹੜਾ ਗੰਡੋਇਆਂ ਦੀ ਖਾਦ ਦੇ ਵਿੱਚੋਂ ਹੀ ਲੱਖਾਂ ਰੁਪਇਆ ਬਣਾਈ ਜਾਂਦਾ ਹੈਗਾ, ਹੈ ਨਾ। ਅਤੇ ਆਪਾਂ ਤੁਹਾਨੂੰ ਸਾਰੀ ਗੱਲਬਾਤ ਦੱਸਾਂਗੇ। ਬਾਈ, ਕੀ ਹਾਲ ਚਾਲ ਹੈ? ਬਹੁਤ ਵਧੀਆ ਬਾਈ ਜੀ, ਧੰਨਵਾਦ ਜੀ ਤੁਹਾਡਾ ਸਾਡੇ ਕੋਲ ਪਹੁੰਚਣ 'ਤੇ। ਬਾਈ ਜੀ, ਸਭ ਤੋਂ ਪਹਿਲਾਂ ਆਪਣੀ ਲੋਕੇਸ਼ਨ ਦੱਸ ਦਈਏ, ਆਪਾਂ ਕਿੱਥੇ ਖੜ੍ਹੇ ਹਾਂ। ਆਪਾਂ ਹੈਗੇ ਜੀ, ਆਪਣੀ ਲੋਕੇਸ਼ਨ ਹੈਗੀ ਰਾਮਾ ਮੰਡੀ ਦੇ, ਰਾਮਾ ਮੰਡੀ ਆਪਣੀ ਲੋਕੇਸ਼ਨ ਹੈਗੀ। ਅਤੇ ਆਪਣਾ ਜਿਹੜਾ ਫਾਰਮ ਹੈਗਾ ਇਹ ਫੁੱਲੋਖਾਰੀ ਰੋਡ ਗਿਆਨਾ ਪਿੰਡ ਦੇ ਕੋਲੇ ਆ, ਬਿਲਕੁਲ ਠੀਕ ਹੈ ਬਾਈ। ਜ਼ਿਲ੍ਹਾ ਬਠਿੰਡਾ ਦੋਸਤੋ, ਜ਼ਿਲ੍ਹਾ ਇਹ ਜ਼ਰੂਰ ਨੋਟ ਕਰ ਲਿਓ। ਹਾਂ, ਇਹ ਪਹਿਲਾਂ ਵੀ ਕਨਫਿਊਜ਼ਨ ਵੀ ਹੋ ਜਾਂਦੀ ਹੈ ਇਸ ਚੀਜ਼ ਦੇ ਵਿੱਚ ਨਾ। ਹਾਂਜੀ। ਅਤੇ ਬਾਈ ਜਗਦੀਪ, ਕਿੰਨੇ ਟਾਈਮ ਤੋਂ ਆਪਾਂ ਇਹ ਕੰਮ ਕਰ ਰਹੇ ਹਾਂ? ਬਾਈ ਜੀ, ਮੈਨੂੰ 10 ਸਾਲ ਹੋ ਗਏ ਇਸ ਕੰਮ ਦੇ ਵਿੱਚ। 2014 ਦੇ ਵਿੱਚ ਆਪਾਂ ਕੰਮ ਸ਼ੁਰੂ ਕੀਤਾ ਸੀਗਾ ਅਤੇ ਆਪਾਂ 5-6 ਬੈੱਡਾਂ ਤੋਂ ਸ਼ੁਰੂ ਕੀਤਾ ਸੀਗਾ, ਠੀਕ ਹੈ। ਅਤੇ ਹੌਲੀ ਹੌਲੀ ਆਪਾਂ ਵਧਾਉਂਦੇ ਗਏ, ਜਿਵੇਂ ਜਿਵੇਂ ਆਪਣੀ ਮਾਰਕੀਟ ਹੁੰਦੀ ਗਈ ਆਪਾਂ ਹੌਲੀ ਹੌਲੀ ਬੈੱਡ ਵਧਾਉਂਦੇ ਗਏ। ਅਤੇ ਹੁਣ ਆਪਣੇ ਕੋਲ 200 ਬੈੱਡ ਹੈ ਜੀ। 200 ਬੈੱਡ ਆ? ਹਾਂਜੀ। ਅਤੇ ਗੰਡੋਇਆਂ ਦੀ ਜਿਹੜੀ ਬਰੀਡ ਹੁੰਦੀ ਆ ਬਾਈ, ਉਹ ਕਿਹੜੀ ਆਪਣੇ ਕੋਲ? ਆਪਣੇ ਕੋਲ ਹੈਗੇ ਜੀ ਐਸੀਨਾ ਫੈਡੀਡਾ ਬਰੀਡ ਹੈਗੀ, ਠੀਕ ਹੈ। ਹਲਕਾ ਜਿਹਾ ਰੈੱਡ ਕਲਰ ਹੁੰਦਾ ਵਰਮ ਦਾ ਇਹਦਾ, ਠੀਕ ਹੈ। ਇਹ ਆਸਟ੍ਰੇਲੀਆ ਦੀ ਬਰੀਡ ਹੁੰਦੀ ਹੈ ਜੀ। ਇਹਦਾ ਜਿਹੜਾ ਪ੍ਰੋਸੈਸਿੰਗ ਹੁੰਦਾ, ਤੁਸੀਂ ਕਿਵੇਂ ਕਰਦੇ ਹੋ ਵੀ ਰੇਹ ਚੱਕਦੇ ਹੋ, ਫਿਰ ਉਦੋਂ ਬਾਅਦ ਕੀ ਕੀ ਪ੍ਰੋਸੈਸ ਕਰਦੇ ਹੋ ਇਹਦਾ ਫਿਰ? ਹਾਂ ਜੀ, ਪਹਿਲਾਂ ਜਿਵੇਂ ਅਸੀਂ ਰੇਹ ਚੱਕ ਲਿਆਉਣੇ ਗਊਸ਼ਾਲਾ ਦੇ ਵਿੱਚੋਂ ਇਕੱਠੀ, ਚੱਕ ਕੇ ਲਿਆ ਕੇ ਵਲਕ ਲਾ ਲੈਂਦੇ, ਇੱਕ ਫਿਰ ਢੇਰ ਲਾ ਦਿੰਦੇ ਜਿਵੇਂ ਉੱਧਰ ਲਾਹੀ ਪਈ ਹੈ, ਅਤੇ ਉੱਧਰ ਉਹ ਸੁੱਕੀ ਜਾਂਦੀ ਹੈ। ਉਹਦਾ ਸੁਕਾਉਣ ਦਾ ਪ੍ਰੋਸੈਸ ਆ ਵੀ 15-20 ਦਿਨਾਂ ਦੇ ਵਿੱਚ ਉਹ ਖਾਦ ਸੁੱਕ ਜਾਂਦੀ ਹੈ। ਸੁੱਕਣ ਤੋਂ ਬਾਅਦ ਫਿਰ ਆਪਾਂ ਬੈੱਡ ਬਣਾ ਦਿੰਦੇ ਹਾਂ ਉਹਨਾਂ ਦੇ। ਬੈੱਡ ਆਪਾਂ 3 ਫੁੱਟ ਚੌੜਾਈ ਅਤੇ 30 ਫੁੱਟ ਲੰਬਾਈ। 3 ਫੁੱਟ ਚੌੜਾਈ ਅਤੇ 30 ਫੁੱਟ ਲੰਬਾਈ? ਹਾਂਜੀ। ਇਹ ਸਿੱਧਾ ਉੱਦਾਂ ਹੀ ਰੱਖ ਦਿੰਦੇ ਹੋ ਬਾਈ? ਇਹਦੇ 'ਤੇ ਕੋਈ ਸਾਈਡਾਂ 'ਤੇ ਇੱਟਾਂ ਵਗੈਰਾ ਵੀ? ਨਹੀਂ ਬਾਈ, ਕੁਛ ਨਹੀਂ, ਆਪਾਂ ਸਾਈਡਾਂ 'ਤੇ ਕੁਛ ਨਹੀਂ ਇੱਟਾਂ ਲਾਉਂਦੇ। ਆਪਾਂ ਸਿੱਧਾ ਸਿਰਫ ਧਰਤੀ ਦੇ ਉੱਤੇ ਲੇਵਲ ਕਰਕੇ ਅਤੇ ਉਹਦੇ ਉੱਤੇ ਹੀ ਬੈੱਡ ਬਣਾ ਦਿੰਦੇ ਹਾਂ। ਅਤੇ ਇਹ ਬਾਈ ਫਿਰ ਗੰਡੋਏ ਫਿਰ ਥੱਲੇ ਵਿੱਚਦੀ ਲੰਘਦੀ ਧਰਤੀ ਦੇ? ਬਾਈ ਨਹੀਂ ਜਾਂਦੇ, ਧਰਤੀ 'ਚ ਨਹੀਂ ਜਾਂਦੇ ਗੰਡੋਏ। ਅੱਛਾ। ਹਾਂ, ਇਹ ਬਸ ਆਪਾਂ ਓਪਨ ਹੀ ਬਣਾ ਦਿੰਦੇ ਹਾਂ ਧਰਤੀ ਦੇ ਉੱਤੇ। ਅਤੇ ਜਿਵੇਂ ਕਈ ਵਾਰੀ ਕਾਗਜ਼ ਕੂਗਜ਼ ਪਾਉਣਾ ਪੈਂਦਾ, ਉਹਦੀ ਕੋਈ ਲੋੜ ਨਹੀਂ ਥੱਲੋਂ? ਬਾਈ ਲੋੜ ਨਹੀਂ, ਉਹ ਪਾਈ ਜਾਂਦੇ ਹੈਗੇ, ਪਰ ਉਹਦੇ 'ਤੇ ਖਰਚਾ ਹੈ। ਠੀਕ ਹੈ। ਆਪਾਂ ਖਰਚਾ ਨਹੀਂ ਕਰਦੇ, ਆਪਾਂ ਬਸ ਵੀ ਬਿਲਕੁਲ ਜ਼ੀਰੋ ਤੋਂ ਕੰਮ ਸ਼ੁਰੂ ਕਰਦੇ ਹਾਂ ਵੀ ਜ਼ਿਆਦਾ ਖਰਚਾ ਨਾ ਹੋਵੇ। ਵੀ ਜਿਵੇਂ ਮੰਨ ਲਓ ਫਿਰ ਉਹ ਐਡੀਸ਼ਨਲ ਖਰਚੇ ਜ਼ਿਆਦਾ ਹੋਏ, ਉਹਦਾ ਕੋਈ ਫਾਇਦਾ ਨਹੀਂ, ਗੰਡੋਏ ਤਾਂ ਜਾਂਦੀ ਨਹੀਂ ਥੱਲੋਂ? ਉਹ ਗੰਡੋਏ ਕੀ ਹੈ ਜੀ, ਉਹ ਲਿਫਾਫੇ ਦੇ ਥੱਲੇ ਵਗ ਜਾਂਦੇ ਆ ਗੰਡੋਏ, ਜਦੋਂ ਥੱਲੇ ਜਾ ਕੇ ਉਹ ਫਿਰ ਪੱਟਣਾ ਹੀ ਪੈਂਦਾ ਜੋ 3 ਮਹੀਨਿਆਂ ਬਾਅਦ ਉਹਨੂੰ, ਉਹ ਥੱਲੇ ਮਿੱਟੀ 'ਚ ਵਗ ਜਾਂਦੇ ਆ, ਫਿਰ ਉਹ ਥੱਲੋਂ ਆਉਂਦੇ ਨਹੀਂ, ਜੋ ਪੰਨੇ ਦੇ ਥੱਲੇ ਵੜ ਜਾਂਦੇ ਆ। ਠੀਕ ਹੈ ਬਾਈ, ਠੀਕ ਆ। ਅਤੇ ਇਹਦੀ ਬਾਈ ਮਾਰਕੀਟਿੰਗ ਦਾ ਵੱਡੀ ਪ੍ਰੋਬਲਮ ਹੋ ਜਾਂਦੀ, ਵਧੀਆ ਹੋ ਜਾਂਦੀ ਹੈ ਮਾਰਕੀਟਿੰਗ? ਮਾਰਕੀਟਿੰਗ ਵਧੀਆ ਹੋ ਜਾਂਦੀ ਹੈ ਬਾਈ। ਠੀਕ, ਮਾਰਕੀਟਿੰਗ ਆਪਣਾ ਜਿੰਨਾ ਕੁ ਆਪਣੇ ਕੋਲ ਮਾਲ ਤਿਆਰ ਹੁੰਦਾ ਹੈ ਆਪਣਾ, ਉਨਾ ਵਿਕੀ ਜਾਂਦਾ ਆਪਣਾ, ਆਰਡਰ 'ਤੇ ਹੁੰਦਾ ਡਿਪੈਂਡ, ਆਪਣਾ ਜਿੰਨਾ ਮਾਲ ਲਾਉਣੇ ਆ ਉਨਾ ਕੁ ਆਪਣਾ ਜਾਈ ਜਾਂਦਾ, ਉਨਾ ਕੁ ਤਿਆਰ ਹੋ ਜਾਂਦਾ ਜਾਈ ਜਾਂਦਾ। ਅਤੇ ਕਿੰਨੇ ਟਾਈਮ 'ਚ ਬਾਈ ਗੰਡੋਏ ਆ ਜਿਹੜੀ ਇਹ ਰੇਹ ਨੂੰ ਤਿਆਰ ਕਰ ਦਿੰਦੇ ਆ ਵਰਮੀ ਕੰਪੋਸਟਿੰਗ? ਬਾਈ ਇਹ ਹੈਗਾ ਗੰਡੋਇਆਂ 'ਤੇ ਡਿਪੈਂਡ, ਜੇ ਗੰਡੋਇਆਂ ਦੀ ਕੁਆਂਟਿਟੀ ਜ਼ਿਆਦਾ ਹੈ ਤਾਂ ਮੰਨ ਲਓ 2 ਮਹੀਨੇ ਚ ਤਿਆਰ ਕਰ ਦਿੰਦੇ ਆ, ਜੇ ਥੋੜੀ ਜਿਹੀ ਘੱਟ ਹੈ ਫਿਰ 3 ਮਹੀਨੇ ਵੀ ਲੈ ਜਾਂਦੇ ਆ। ਫਿਰ 3 ਮਹੀਨੇ? 3 ਮਹੀਨੇ ਵੀ। ਇੱਕ ਬੈੱਡ 'ਤੇ ਕਿੰਨੇ ਫਿਰ ਪਾਉਣੇ, ਜਿਵੇਂ ਤੁਸੀਂ ਦੱਸਿਆ ਵੀ 3 ਫੁੱਟ ਚੌੜਾ 30 ਫੁੱਟ ਲੰਬੇ ਦੇ ਵਿੱਚ ਕਿੰਨੇ ਗੰਡੋਏ ਪਾਉਣੇ ਹੋ? ਹਾਂ, 3 ਫੁੱਟ ਚੌੜਾ 30 ਫੁੱਟ ਲੰਮਾ, ਉਹਦੇ ਵਿੱਚ ਆਪਾਂ 40 ਕਿਲੋ ਗੰਡੋਏ ਪਾ ਦਿੰਦੇ ਹਾਂ ਉਹ ਬੈੱਡ ਦੇ ਵਿੱਚ। ਹਾਂ, ਆਪਾਂ 40-45-50 ਵੀ ਪਾ ਦਿੰਦੇ ਹਾਂ ਆਪਾਂ ਤਾਂ, ਉਹ ਘੱਟ ਤੋਂ ਘੱਟ ਵੀ 30 ਤੋਂ ਲੈ ਕੇ 40 ਕਿਲੋ, ਜਿਹੜਾ ਕੋਈ ਨਵਾਂ ਕੰਮ ਸ਼ੁਰੂ ਕਰਦਾ ਉਹ 30-40 ਕਿਲੋ ਪਾਵੇ। ਠੀਕ ਹੈ, 30-40 ਕਿਲੋ? ਹਾਂਜੀ। ਅਤੇ ਫਿਰ ਤੁਹਾਡੇ ਕੋਲ ਬਰੀਡ ਤਾਂ ਹੁਣ ਆਪਦੀ ਤਿਆਰ ਹੋ ਗਈ ਹੋਣੀ ਆ ਬਾਈ? ਹਾਂ, ਗੰਡੋਆ ਆਪਣੇ ਕੋਲ ਵਾਧੂ ਆਪਦੇ ਕੋਲ ਤਿਆਰ ਹੁੰਦਾ, ਆਪਾਂ ਤਾਂ ਵੱਧ ਵੀ ਪਾ ਦਿੰਦੇ ਹਾਂ। ਅਤੇ ਗੰਡੋਆ ਬਾਈ ਫਿਰ ਸੇਲ ਸੂਲ ਵੀ ਕਰਦੇ ਹੋ ਤੁਸੀਂ? ਹਾਂ, ਗੰਡੋਆ ਵੀ ਆਪਾਂ ਸੇਲ ਕਰ ਦਿਆਂਗੇ। ਠੀਕ ਹੈ। ਜੇ ਮੇਰੇ ਵੀਰ ਭਾਈ ਨੂੰ ਕਿਸੇ ਨੂੰ ਗੰਡੋਏ ਦੀ ਜ਼ਰੂਰਤ ਹੋਵੇ ਤਾਂ ਆਪਾਂ ਗੰਡੋਏ ਵੀ, ਆਪਾਂ ਰੇਟ ਹੈਗਾ 100 ਰੁਪਏ ਕਿਲੋ। 100 ਰੁਪਏ ਕਿਲੋ? ਹਾਂਜੀ।
ਕਿਲੋਆਂ ਦੇ ਹਿਸਾਬ ਨਾਲ ਜਾਂਦੇ? ਕਿਲੋਆਂ ਦੇ ਹਿਸਾਬ। ਠੀਕ ਹੈ, ਅਤੇ ਰੇਹ ਵੀ ਬਾਈ ਫਿਰ ਤੁਸੀਂ ਸੇਲ ਕਰਦੇ ਹੋਗੇ ਨਾਲ? ਹਾਂਜੀ ਰੇਹ ਵੀ। ਠੀਕ ਆ, ਅਤੇ ਦੋਸਤੋ ਜੇ ਕਿਸੇ ਵੀ ਮਿੱਤਰ ਨੂੰ ਬਾਈ ਗੰਡੋਇਆਂ ਦੀ ਰੇਹ ਚਾਹੀਦੀ ਆ, ਗੰਡੋਏ ਚਾਹੀਦੇ ਆ, ਕੰਮ ਨਵਾਂ ਕਰਨਾ ਸ਼ੁਰੂ ਕਰਨਾ ਗਾ, ਤਾਂ ਬਾਈ ਦਾ ਨੰਬਰ ਵੀ ਆਪਾਂ ਦਿੱਤਾ ਹੋਇਆ, ਤੁਸੀਂ ਬਾਈ ਨਾਲ ਸੰਪਰਕ ਕਰ ਲਿਓ। ਠੀਕ ਹੈ ਬਾਈ, ਜਿਵੇਂ ਅੱਜ ਕੱਲ੍ਹ ਕੀ ਹੈ ਕਿ ਯੂਰੀਆ ਆਪਾਂ ਜ਼ਿਆਦਾ ਹੈ ਨਾ ਖੇਤਾਂ ਦੇ ਵਿੱਚ ਵਰਤਦੇ ਹਾਂ, ਅਤੇ ਉਹਦੇ ਨਾਲ ਬਿਮਾਰੀਆਂ ਵੀ ਜ਼ਿਆਦਾ ਲੱਗਦੀਆਂ ਨੇ, ਹੈ ਨਾ? ਹਾਂਜੀ। ਕਿਸੇ ਵੀ ਮਿੱਤਰ ਨੇ ਮੰਨ ਲਓ ਆਪਣਾ ਵਾਹਣ ਆ ਜਿਹੜਾ ਉਹ ਯੂਰੀਆ ਤੋਂ ਰਹਿਤ ਕਰਨਾ ਗਾ, ਤਾਂ ਉਹਨੂੰ ਕਿੰਨਾ ਟਾਈਮ ਲੱਗ ਜੂ, ਅਤੇ ਕਿੰਨੇ ਕੁਇੰਟਲ ਦੇ ਹਿਸਾਬ ਨਾਲ ਮੰਨ ਲਓ ਆਪਾਂ ਨੂੰ ਯੂਰੀਆ ਇਹ ਜਿਹੜੀ ਵਰਮੀ ਕੰਪੋਸਟ ਹੈ ਖਾਦ ਕਿੰਨੇ ਪਾਉਣੀ ਪਊਗੀ ਉਹ? ਬਾਈ ਵਰਮੀ ਕੰਪੋਸਟ ਖਾਦ ਆਪਾਂ ਨੂੰ 10 ਕੁਇੰਟਲ ਪਹਿਲੇ ਕਿਹੜੇ 10 ਕੁਇੰਟਲ ਤਾਂ ਪਾਉਣੀ ਪਊਗੀ, ਹਰ ਸਾਲ 10 ਕੁਇੰਟਲ ਘੱਟ ਤੋਂ ਘੱਟ ਪਾਉਣੀ ਪਊਗੀ, ਪਾਉਣੀ ਪਊਗੀ, ਅਤੇ 3 ਸਾਲਾਂ ਦੇ ਵਿੱਚ ਆਪਣਾ ਵਾਹਣ ਆ ਜਿਹੜਾ ਯੂਰੀਆ ਰਹਿਤ ਹੋ ਜਾਊਗਾ, ਯੂਰੀਆ ਰਹਿਤ ਹੋ ਜਾਊਗਾ 3 ਸਾਲਾਂ ਦੇ ਵਿੱਚ, 3 ਸਾਲ ਦੇ ਵਿੱਚ। ਠੀਕ ਹੈ, ਫਿਰ ਉਸ ਤੋਂ ਬਾਅਦ ਵੀ ਬਾਈ ਥੋੜ੍ਹੀ ਥੋੜ੍ਹੀ, ਹਾਂ ਥੋੜ੍ਹੀ ਥੋੜ੍ਹੀ ਜਿਵੇਂ ਆਪਾਂ ਰੂੜੀ ਵੀ ਪਾ ਸਕਦੇ ਹਾਂਗੇ। ਠੀਕ ਹੈ, ਅਤੇ ਨਾਲ ਦੀ ਨਾਲ ਫਿਰ ਆਪਾਂ ਆਪਣਾ ਯੂਰੀਆ ਰਹਿਤ ਹੋ ਜਾਂਦਾ ਵਾਹਣ। ਠੀਕ ਹੈ, ਅਤੇ ਬਿਮਾਰੀਆਂ ਤੋਂ ਵੀ ਬਚਿਆ, ਬਿਮਾਰੀਆਂ ਤੋਂ ਵੀ ਬਚਿਆ ਜਾ। ਠੀਕ ਹੈ ਬਾਈ, ਫਿਰ ਇਹ ਜਿਹੜੀ ਰੇਹ ਹੁੰਦੀ ਆ ਫਿਰ ਇਹ ਕਿਸ ਤਰੀਕੇ ਦੀ ਹੁੰਦੀ ਆ ਜਿਹੜੀ, ਇਹ ਬਾਈ ਪਛਾਣ ਇਹਦੀ? ਇਸ ਹਿਸਾਬ ਦੀ ਬਣ ਜਾਂਦੀ ਇਹ ਬਿਲਕੁਲ। ਠੀਕ ਹੈ, ਬਲੈਕ ਬਲੈਕ ਜਿਵੇਂ ਚਾਹ ਹੁੰਦੀ ਆ ਨਾ ਬਾਈ? ਹਾਂ, ਜਿਵੇਂ ਚਾਹ ਪੱਤੀ ਹੁੰਦੀ ਹੈ। ਠੀਕ ਹੈ, ਉਸ ਟਾਈਪ ਦੀ ਇਹ ਬਣ ਜਾਂਦੀ ਹੈ। ਠੀਕ ਹੈ, ਅਤੇ ਬਾਈ ਫਿਰ ਇਹਨੂੰ ਤੁਸੀਂ ਝਾੜਦੇ ਝੂੜਦੇ ਕਿਵੇਂ ਹੋ ਫਿਰ ਇਹਦੇ ਵਿੱਚ? ਇਹ ਆਪਾਂ ਝਾੜਨਾ ਬਣਾਇਆ ਹੋਇਆ ਜੀ। ਠੀਕ ਹੈ ਬਾਈ, ਉਹਦੇ ਨਾਲ ਛਾਣ ਦਿੰਦੇ ਹਾਂ ਇਹਨੂੰ, ਜਦੋਂ ਬਰੀਕ ਹੋ ਜਾਂਦੇ ਵਿੱਚੋਂ ਡਲੀ ਕੋਈ ਡਲੀ ਜਾਂ ਮੋਟੀ ਡਲੀ ਨਿਕਲ ਜਾਂਦੀ ਹੈ, ਬਿਲਕੁਲ ਬਰੀਕ ਕਰਕੇ ਆਪਾਂ ਦਿੰਦੇ ਹਾਂਗੇ। ਠੀਕ ਹੈ ਬਾਈ, ਹਾਂਜੀ, ਅਤੇ ਇਹਦੀ ਪੈਕਿੰਗ ਕਿਲੋਆਂ ਕੁਲੋਆਂ 'ਚ ਉਹ ਵੀ ਹੁੰਦੀ ਹੋਊ ਬਾਈ? ਹਾਂ, ਜੇ 25 ਕਿਲੋ ਦੀ ਹੋ ਜਾਂਦੀ ਹੈ ਜੀ, 50 ਕਿਲੋ ਦੀ, ਜਿਵੇਂ ਕੋਈ ਬਾਈ ਜਿਵੇਂ ਡਿਮਾਂਡ ਕਰਦਾ ਆਪਾਂ ਉਸ ਹਿਸਾਬ ਨਾਲ ਪੈਕਿੰਗ ਕਰਕੇ ਦੇ ਦਿੰਦੇ ਹਾਂ, ਜੇ ਕੋਈ ਲੂਚ ਮੰਗਦਾ ਆਪਾਂ ਲੂਚ ਵੀ ਦੇ ਦਿੰਦੇ ਹਾਂ। ਠੀਕ ਹੈ ਬਾਈ, ਲੈ ਵੀ ਦੋਸਤੋ ਬਾਈ ਨੇ ਨਾ ਕੰਮ ਕਰਿਆ ਹੋਇਆ ਬਹੁਤ ਸੋਹਣਾ ਬਾਈ, ਅਤੇ ਆਹ ਦੇਖੋ ਇੱਧਰ ਇਹਦੇ ਬੈੱਡ ਬੈੱਡ ਕਾਫੀ ਜ਼ਿਆਦਾ, ਜਿਵੇਂ ਬਾਈ ਨੇ ਦੱਸਿਆ ਸੀ ਵੀ 200 ਹੈ ਜਿਹੜਾ ਬੈੱਡ ਆ, ਉਹ ਇਹਦੇ ਉੱਪਰ ਜਿਹੜੇ ਗੰਡੋਏ ਆ ਉਹ ਛੱਡੇ ਹੋਏ ਆ, ਦੇਖੇ ਇੱਧਰ ਸੁੱਕੀ ਰਹੇ ਆ, ਅਤੇ ਇੱਧਰ ਬੈੱਡ ਆਹ ਤਿਆਰ ਕਰੇ ਹੋਏ ਆ ਨਾ ਬਾਈ? ਹਾਂ ਬਾਈ, ਇਹ ਭਰੀ ਜਾਂਦੇ ਆ। ਠੀਕ ਹੈ, ਰੇਹ ਲਾਤੀ ਸੀ ਇਹਨਾਂ ਤੋਂ, ਦੁਬਾਰੇ ਆਪਾਂ ਭਰ ਰਹੇ ਹਾਂ ਇਹਨਾਂ ਨੂੰ। ਠੀਕ ਹੈ, ਅਤੇ ਆਹ ਬਾਈ ਇੱਧਰ ਪਾਣੀ ਦੇ ਕਨੈਕਸ਼ਨ ਦਿੱਤੇ ਹੋਏ ਆ। ਹਾਂ, ਇਹ ਮੰਨ ਲਓ ਆਟੋਮੈਟਿਕ ਪਾਣੀ ਚੱਲਦਾ। ਠੀਕ ਹੈ, ਅਤੇ ਮੰਨ ਲਓ ਕਿ ਚਲੋ ਵੀ ਠੰਡਾ ਰੱਖਣਾ ਪੈਂਦਾ ਬੈੱਡ ਨੂੰ? ਠੰਡਾ ਜੀ, ਹੁਣ ਥੋੜ੍ਹੀ ਗਰਮੀ ਹੈ, ਗਰਮੀ 'ਚ ਪਾਣੀ ਦੇਣਾ ਹੀ ਪੈਂਦਾ ਜੀ। ਠੀਕ ਹੈ, ਸਰਦੀਆਂ ਦੇ ਵਿੱਚ ਥੋੜ੍ਹਾ ਫਰਕ ਪੈ ਜਾਂਦਾ? ਹਾਂ, ਸਰਦੀ ਥੋੜ੍ਹਾ ਜਿਹਾ ਪਾਣੀ ਘੱਟ ਦੇਣਾ ਪੈਂਦਾ, ਗਰਮੀ ਥੋੜ੍ਹਾ ਆਪਾਂ ਨੂੰ ਵੱਧ ਦੇਣਾ ਪੈਂਦਾ। ਅੱਛਾ, ਇਹ ਜਿਹੜਾ ਜਾਲ ਲਾਇਆ ਬਾਈ ਆ ਤੁਸੀਂ ਨਾ ਪੱਕਾ ਕੰਮ ਕਰਿਆ ਬਾਈ ਜਾਲ ਦਾ, ਇਹ ਕੀ ਕੰਮ ਕਰੋਗੇ ਹੁਣ ਤੁਸੀਂ ਫਿਰ ਇੱਥੇ? ਇਹ ਬਾਈ ਦੋ ਕੰਮ ਲਵਾਂਗੇ ਤੂੰ, ਇੱਕ ਤਾਂ ਇਹਦਾ ਸਬਜ਼ੀ ਲਵਾਂਗੇ, ਅਤੇ ਦੂਜਾ ਆਪਣਾ ਥੱਲੇ ਛਾਂ ਰਹੂਗੀ। ਥੱਲੇ ਛਾਂ ਰਹੂਗੀ ਸਬਜ਼ੀ, ਹੁਣ ਇਹਦੇ 'ਤੇ ਕਿੱਲਾ ਆਤੀ ਕਿਹੜੀ? ਇਹ ਤੇ ਕੱਦੂ ਅਤੇ ਤੋਰੀ ਲਾਤੀ ਜੀ। ਅੱਛਾ, ਆਹ ਜਿਵੇਂ ਬੱਲਾਂ ਹਨਾ ਬਾਈ ਖੜੀਆਂ ਨੇ? ਹਾਂ, ਚੱਲ ਪਈਆਂ ਬਸ। ਠੀਕ ਹੈ, ਚੱਲ ਪਈਆਂ। ਲੈ ਵੀ ਦੋਸਤੋ ਬਾਈ ਨਾ ਡਬਲ ਕੰਮ ਕਰ ਰਿਹਾ ਹੈਗਾ, ਨਾਲੇ ਤਾਂ ਹੁਣ ਕੱਦੂ ਤੋਰੀ ਬਾਈ ਇੱਥੇ ਲਾਤੀ ਸਾਰੀ, ਅਤੇ ਇਹ ਵਿਕੂਗੀ, ਅਤੇ ਨਾਲੇ ਉੱਪਰੋਂ ਛਾਂ ਰਹੂਗੀ, ਹੈ ਨਾ ਬਾਈ? ਹਾਂਜੀ ਹਾਂ। ਇਹ ਬਾਈ ਜਿਵੇਂ ਹੁਣ ਗਰਮੀ ਹੈ ਨਾ, ਡਾਇਰੈਕਟ ਗਰਮੀ ਇਹਦੇ 'ਚ ਪੈ ਰਹੀ ਹੈ, ਸੂਰਜ ਵੇਲੇ ਮਰਦੇ ਮੁਰਦੇ ਤਾਂ ਨਹੀਂ ਫਿਰ? ਇਹ ਨਹੀਂ, ਥੋੜ੍ਹਾ ਜਿਹਾ ਐਂ ਵੀ ਇਹ ਤੰਗੂ ਇਹ ਪਰਾਲੀ ਨਾਲ ਢੱਕ ਕੇ ਰੱਖਦੇ ਹਾਂ ਜੀ ਉੱਪਰੋਂ, ਯਾਨੀ ਕਿ ਠੰਡਾ ਰਹਿੰਦਾ? ਠੰਡਾ ਰਹਿੰਦਾ ਇਹ ਪਰਾਲੀ, ਜਿਹੜਾ ਕੂਲਰ ਦਾ ਕੰਮ ਕਰਦੀ ਹੈ ਕੂਲਰ, ਕਿਉਂ ਸੁਬਾਹ ਜੋ ਪਾਣੀ ਛਿੜਕਦਾ ਗਿੱਲੀ ਹੋ ਜਾਂਦੀ, ਜਿਹੜੀ ਹਵਾ ਚੱਲਦੀ ਹੈ ਠੰਡਾ ਰਹਿੰਦਾ। ਠੀਕ ਹੈ ਬਾਈ, ਹਾਂਜੀ। ਲੈ ਵੀ ਦੋਸਤੋ ਬਾਈ ਨਾਲ ਸੰਪਰਕ ਕਰ ਲਿਓ ਜੇ ਕਿਸੇ ਵੀ ਸੱਜਣ ਮਿੱਤਰ ਨੂੰ ਗੰਡੋਇਆਂ ਦੀ ਖਾਦ ਚਾਹੀਦੀ ਆ, ਗੰਡੋਏ ਚਾਹੀਦੇ ਆ, ਤਾਂ ਤੁਸੀਂ ਨੰਬਰ ਦੇ ਰਿਹਾ ਬਾਈ ਦਾ ਸਕਰੀਨ 'ਤੇ, ਤੁਸੀਂ ਕਾਲ ਕਰ ਲਿਓ। ਬਾਕੀ ਜੇ ਬਾਈ ਤੋਂ ਜਾਣਕਾਰੀ ਲੈਣੀ ਆ ਤੁਸੀਂ, ਤਾਂ ਬਾਈ ਨਾਲ ਤੁਸੀਂ ਡਿਸਕਸ ਵੀ ਕਰ ਸਕਦੇ ਹੋ, ਕੰਮ ਸ਼ੁਰੂ ਕਰ ਸਕਦੇ ਹੋ, ਤੁਹਾਨੂੰ ਸਾਰੀਆਂ ਚੀਜ਼ਾਂ ਬਾਈ ਪ੍ਰੋਵਾਈਡ ਕਰਵਾ ਦੂਗਾ। ਠੀਕ ਹੈ ਜੀ, ਗੰਡੋਏ ਵਗੈਰਾ ਅਤੇ ਇਹਨਾਂ ਕੋਲੋਂ ਮਿਲ ਜਾਂਦੇ ਆ। ਅਤੇ ਦੋਸਤੋ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਬਾਈ, ਤਾਂ ਕਿ ਹਰ ਇੱਕ ਕਿਸਾਨ ਤੱਕ ਇਹ ਜਿਹੜੀ ਵੀਡੀਓ ਪਹੁੰਚ ਜੇ, ਅਤੇ ਜੇ ਕੋਈ ਸੱਜਣ ਮਿੱਤਰ ਕੰਮ ਸ਼ੁਰੂ ਕਰਨਾ ਚਾਹੁੰਦਾ ਤਾਂ ਉਹ ਆਪਣਾ ਜਿਹੜਾ ਕੰਮ ਹੈ ਜਿਹੜਾ ਸ਼ੁਰੂ ਕਰ ਸਕਦਾ ਗਾ। ਠੀਕ, ਅਤੇ ਜਗਦੀਪ ਬਾਈ ਹੋਰ ਕੋਈ ਗੱਲਬਾਤ ਕਹਿਣਾ ਚਾਹੁੰਦੇ ਹੋ? ਬਾਈ ਬਸ ਆਹੀ ਗੱਲ, ਆਪਾਂ ਜੇ ਕੋਈ ਕਿਸੇ ਵੀਰ ਭਾਈ ਨੇ ਗੰਡੋਏ ਲੈਣੇ ਹੈ ਜਾਂ ਇਹਦੇ ਬਾਰੇ ਜਾਣਕਾਰੀ ਲੈਣੀ ਹੈ, ਉਹ ਆਪਣੇ ਨਾਲ ਕਦੋਂ ਮਰਜ਼ੀ ਗੱਲ ਕਰ ਸਕਦਾ ਗਾ, ਆਪਾਂ ਪੂਰੀ ਫੁੱਲ ਜਾਣਕਾਰੀ ਦੇਵਾਂਗੇ ਵੀ ਕਿਵੇਂ ਮਰਜ਼ੀ ਆ, ਸਾਰੇ ਉਹਨੂੰ A to Z ਜਾਣਕਾਰੀ ਆਪਾਂ ਦੇਵਾਂਗੇ ਬਾਈ। ਠੀਕ ਆ ਬਾਈ। ਸੋ ਦੋਸਤੋ ਸਾਰਿਆਂ ਦਾ ਧੰਨਵਾਦ ਬਾਈ, ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ। ਸ਼ੁਕਰੀਆ ਬਾਈ।